ਬ੍ਰੇਕ ਤੋਂ ਬਾਅਦ ਸਵਾਗਤ ਹੈ ਤੁਹਾਡਾ ਮੁੱਦੇ ਕੀ ਬਾਤ ਵਿੱਚ ਅਸੀਂ ਸਵਾਲ ਪੁੱਛਿਆ ਕਿ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਕਾਰਵਾਈ ਦੀ ਮੰਗ ਨੂੰ ਪਤਲਾਖੋਰੀ ਨਾਲ ਜੋੜਨਾ ਜਾਇਜ਼ ਹੈ ਜਵਾਬ ਐਸ ਐਮ ਐਸ ਰਾਹੀਂ ਭੇਜੋ ਹਾਂ ਦਲੀ ਰਿਪੀਟ ਸਪੇਸ ਵਾਈ ਨਾ ਦਲੀ ਰਿਪੀਟ ਸਪੇਸ ਐਨ ਇਸ ਨੂੰ ਭੇਜੋ 5 7 5 7 5 'ਤੇ ਸਾਡੇ ਨਾਲ ਪਹਿਲੇ ਕਾਲਰ ਨੇ ਕੁਲਦੀਪ ਨੇ ਖੰਨਾ ਤੋਂ ਕੁਲਦੀਪ ਜੀ ਕੀ ਹੈ ਤੁਹਾਡੀ ਰਾਏ ਹਾਂਜੀ ਸਰ ਮੈਂ ਇਹ ਕਹਿਣਾ ਚਾਹਾਂਗਾ ਕਿ ਜਿੱਦਾਂ ਮੈਂ ਇੱਕ ਬੇਨਤੀ ਕਰਨਾ ਚਾਹਾਂਗਾ ਆਪਣੇ ਅਕਾਲੀ ਦਲ ਵਾਲੇ ਬਰਾੜ ਸਾਹਿਬ ਨੂੰ ਪਿਛਲੀ ਵਾਰੀ ਜਦੋਂ ਆਪਣਾ ਡਿਬੇਟ ਸੀਗੀ ਆਰ ਐਸ ਐਸ ਦੇ ਤੇ ਬਾਅਦ ਜਦੋਂ ਕਮਲਜੀਤ ਬਰਾੜ ਸਾਹਿਬ ਬੋਲਣ ਲੱਗੇ ਤਾਂ ਇਹਨਾਂ ਨੇ ਤੇ ਆਪਣੇ ਜਿਹੜੇ ਬੀਜੇਪੀ ਵਾਲੇ ਜਿਹੜੇ ਹੈਗੇ ਸਵਾਲ ਤੇ ਗੱਲ ਕਰੀਏ ਰਾਏ ਕੀ ਹੈ ਤੁਹਾਡੀ ਸਵਾਲ ਤੇ ਸਰ ਮੈਂ ਇਹ ਕਹਿਣਾ ਚਾਹਾਂਗਾ ਜੀ ਕਿ ਜਿਵੇਂ ਕਿ ਹੁਣ ਮਤਲਬ ਕਿ ਕਾਰਜ ਕੀਤਾ ਜਿਹੜਾ ਹੈਗਾ ਮਤਲਬ ਕਿ ਕਾਨੂੰਨੀ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਹੈ ਜਿਵੇਂ ਕਿ ਜਿਹੜੇ ਮਤਲਬ ਕਿ ਉੱਥੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਮਰਡਰ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ ਜੀ ਕੁਛ ਚੈਨਲਾਂ ਤੇ ਦਿਖਾਇਆ ਜਾ ਰਿਹਾ ਹੈ ਕਿ ਉਹਨਾਂ ਜਿਹੜੇ ਹੈਗੇ ਮਤਲਬ ਕਿ ਜਿਹਨਾਂ ਦੇ ਮਰਡਰ ਹੋਇਆ ਉਹਨਾਂ ਨੇ ਪਿੱਛੇ ਜੇ ਹੈਗਾ ਮਤਲਬ ਕਿ ਭਿੰਡਰਾ ਵਾਲਿਆਂ ਦਾ ਜਿਹੜਾ ਪੁਤਲਾ ਫੂਕ ਕੇ ਜਿਹੜਾ ਦੂਜਿਆਂ ਦੇ ਜਜ਼ਬਾਤਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਤੇ ਮੇਰਾ ਸਵਾਲ ਜਿਹੜਾ ਹੈਗਾ ਸਰਕਾਰਾਂ ਤੋਂ ਇਹ ਹੈਗੀ ਕਿ ਜੇ ਮਤਲਬ ਕਿ ਮੈਂ ਇਹ ਪੁੱਛਣਾ ਚਾਹੁੰਦਾ ਕਿ ਜੇ ਉਹਨਾਂ ਦੀ ਇਹ ਕਾਰਵਾਈ ਸਹੀ ਸੀਗੀ ਜੋ ਉਹਨਾਂ ਨੇ ਉਹ ਪੁਤਲਾ ਫੂਕਿਆ ਤਾਂ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਮਤਲਬ ਤਸਵੀਰਾਂ ਹੈਗੀਆਂ ਜਿਹੜੀਆਂ ਕਿ ਅਕਾਲੀ ਭਾਜਪਾ ਦੀਆਂ ਟਿਕਟਾਂ ਜਿੱਤ ਕੇ ਹੀ ਸ਼੍ਰੋਮਣੀ ਕਮੇਟੀ ਬਣੀ ਹੈ ਉਹਨਾਂ ਵੱਲੋਂ ਹੀ ਦਰਬਾਰ ਸਾਹਿਬ ਦੇ ਵਿੱਚ ਵੀ ਲਗਾਈਆਂ ਗਈਆਂ ਹੈ ਲਖਬੀਰ ਜੀ ਕੀ ਹੈ ਤੁਹਾਡੀ ਰਾਏ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਕਾਰਵਾਈ ਦੀ ਮੰਗ ਨੂੰ ਬਦਲਾਖੋਰੀ ਦੇ ਨਾਲ ਜੋੜਨਾ ਜਾਇਜ਼ ਹੈ ਇਹ ਹੈ ਸਾਡਾ ਅੱਜ ਦਾ ਸਵਾਲ ਸਰ ਜੀ ਜੀ ਥੋੜਾ ਉੱਚਾ ਬੋਲੋ ਹਾਂਜੀ ਕੀ ਕਹਿ ਰਹੇ ਹੋ ਤੁਸੀਂ ਸਰ ਜੀ ਇੱਕ ਨੇ ਕਮਲਜੀਤ ਬਰਾੜ ਨੂੰ ਬੈਠੇ ਕਾਂਗਰਸ ਦੇ ਜੀ ਇਹ ਹਰ ਬੰਦੇ ਨੂੰ ਬੋਲਣ ਨੂੰ ਦਬਾਉਣਾ ਚਾਹੁੰਦੇ ਨੇ ਜੀ ਬਰਾਬਰ ਦੇ ਬੰਦੇ ਨੂੰ ਉਹਦੀ ਪਾਰਟੀ ਦਾ ਬੰਦ ਤੇ ਜੀ ਹਰ ਇੱਕ ਦੀ ਬਾਜ ਨਾਲ ਲਾਇਆ ਕਰਨ ਜੀ ਚਲੋ ਤੁਹਾਡੀ ਰਿਕੁਐਸਟ ਉਹਨਾਂ ਨੇ ਸੁਣ ਲਈ ਹੋਏਗੀ ਤੁਹਾਡੀ ਗੱਲ ਉਹਨਾਂ ਨੇ ਸੁਣ ਲਈ ਹੋਏਗੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਕਮਲਜੀਤ ਬਰਾੜ ਜੀ ਤੁਹਾਨੂੰ ਕਾਲਰ ਕਹਿ ਰਹੇ ਨੇ ਕਿ ਥੋੜ੍ਹਾ ਜਿਹਾ ਮਤਲਬ ਬਾਕੀਆਂ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰੋ ਇਹ ਉਹਨਾਂ ਦਾ ਵਿਊ ਹੋ ਸਕਦਾ ਹੈ ਕਮਲਜੀਤ ਜੀ ਸਵਾਲ ਤੁਹਾਡੇ ਤੋਂ ਹੀ ਪੁੱਛੇ ਜਾਣੇ ਹੈ ਤੁਸੀਂ ਗੱਲਾਂ ਇਲੈਕਸ਼ਨ ਕੈਂਪੇਨਿੰਗ 'ਚ ਬਹੁਤ ਸਾਰੀਆਂ ਕੀਤੀਆਂ ਸੀ ਪਹਿਲਾਂ ਤੁਹਾਨੂੰ ਅਨਾਜ ਘੋਟਾਲਾ ਵੀ ਨਜ਼ਰ ਆਉਂਦਾ ਸੀ ਸੁਨੀਲ ਜਾਖੜ ਕਹਿ ਰਹੇ ਸੀ ਕਿ ਮੋਟਰਸਾਈਕਲਾਂ ਦਾ ਜਿਹੜਾ ਇਹਦੇ ਜ਼ਰੀਏ ਢੋਇਆ ਗਿਆ ਹੈ ਬਹੁਤ ਸਾਰੀਆਂ ਗੱਲਾਂ ਹੋਈਆਂ ਸੀ ਪਹਿਲਾਂ ਇਹ ਕਿਹਾ ਗਿਆ ਸੀ ਕਿ ਅਸੀਂ ਇਹ ਕਰ ਦਿਆਂਗੇ ਉਹ ਕਰ ਦਿਆਂਗੇ ਫਿਰ ਹੁਣ ਜਿਹੜਾ ਇਹ ਤੁਸੀਂ ਕਹਿ ਰਹੇ ਹੋ ਸਬੂਤ ਨਹੀਂ ਹੈ ਮਤਲਬ ਭ੍ਰਿਸ਼ਟਾਚਾਰ ਕਾਰਵਾਈ ਅਤੇ ਸਿਆਸਤ ਇਸ ਲਈ ਇਹ ਮੁੱਦਾ ਚੁਣਿਆ ਗਿਆ ਫਿਰ ਸਵਾਲ ਤੁਹਾਡੇ ਤੋਂ ਪੁੱਛੇ ਜਾਣੇ ਬਾਕੀ ਕਾਲਰ ਨੇ ਵੀ ਕਿਹਾ ਕਿ ਬਾਕੀਆਂ ਨੂੰ ਵੀ ਬੋਲਣ ਦਾ ਮੌਕਾ ਦਿਓ ਸ਼ਰਮਿਤ ਜੀ ਕੋਈ ਹੋਰ ਗੱਲ ਹੈਗੀ ਤਾਂ ਕਰ ਲਓ ਫਿਰ ਵਿੱਚ ਨਾ ਬੋਲਿਓ ਤੁਸੀਂ ਦੋ ਗੱਲਾਂ ਸੁਣ ਕੇ ਤੀਜੀ ਗੱਲਾਂ ਦੇ ਕੱਟ ਦਿੰਦੇ ਹੋ ਹੁਣੇ ਦੱਸ ਦਿਓ ਕੋਈ ਹੋਰ ਸਵਾਲ ਹੈਗਾ ਤਾਂ ਸਵਾਲ ਇਹੀ ਹੈ ਭ੍ਰਿਸ਼ਟਾਚਾਰ ਕਾਰਵਾਈ ਅਤੇ ਸਿਆਸਤ ਪਹਿਲਾਂ ਗੱਲਾਂ ਕੁਛ ਹੋਰ ਹੋਈਆਂ ਹੁਣ ਗੱਲਾਂ ਕੁਛ ਬਸ ਇਹਦਾ ਮੈਂ ਜਵਾਬ ਦਿੰਦਾ ਤੁਹਾਡੀ ਗੱਲ ਜੀ ਕੋਈ ਨਹੀਂ ਮੈਂ ਦਿੰਦਾ ਜਵਾਬ ਤੁਹਾਡਾ ਤੁਹਾਡੇ ਤੋਂ ਪਹਿਲਾਂ ਮੈਂ ਮਾੜੀ ਜਿਹੀ ਗੱਲ ਆਮ ਆਦਮੀ ਪਾਰਟੀ ਵਾਲੇ ਮੇਰੇ ਵੀਰ ਨੇ ਗੱਲ ਕੀਤੀ ਸੀ ਕਿ ਬਾਜਵਾ ਸਾਹਿਬ ਨੇ ਸਟੇਜਾਂ 'ਤੇ ਇਹ ਗੱਲ ਕਹੀ ਆ ਕਿ ਬਾਜਵਾ ਸਾਹਿਬ ਸਟੇਜਾਂ 'ਤੇ ਲੋਕਾਂ ਦੇ ਵਿੱਚ ਇਹ ਗੱਲ ਕਹਿੰਦੇ ਸੀ ਇਹੀ ਗੱਲ ਜਿਹਨੂੰ ਤੁਸੀਂ ਲੋਕ ਰੱਬ ਸਮਝਦੇ ਹੋ ਨਾ ਕੇਜਰੀਵਾਲ ਇਹੀ ਗੱਲ ਉਹਨੇ ਆਪਣੇ ਬੱਚਿਆਂ ਦੀ ਕਸਮ ਖਾ ਕੇ ਕਹੀ ਸੀ ਕਿ ਮੈਂ ਸਰਕਾਰੀ ਬੰਗਲਾ ਨਹੀਂ ਲਊਂਗਾ ਸਿਕਿਉਰਿਟੀ ਨਹੀਂ ਲਊਂਗਾ ਮੈਂ ਰਾਜਨੀਤੀ ਬਦਲਾਵ ਲੈ ਕੇ ਆਊਂਗਾ ਇਹ ਗੱਲ ਉਹਨੇ ਕਹੀ ਸੀ ਅੱਜ ਪੂਰੀ ਦੁਨੀਆ ਦੇ ਵਿੱਚ ਚਾਹੇ ਉਹ ਕਿਸੇ ਕੌਮ ਨਾਲ ਕੋਈ ਸੰਬੰਧ ਰੱਖਦਾ ਹੋਵੇ ਕਿਸੇ ਧਰਮ ਨਾਲ ਰੱਖਦਾ ਹੋਵੇ ਸਭ ਤੋਂ ਵੱਧ ਜੇ ਪਿਆਰ ਅਤੇ ਕੇਅਰ ਕੋਈ ਕਰਦਾ ਤਾਂ ਆਪਦੇ ਪਰਿਵਾਰ ਦੀ ਕਰਦਾ ਜਿਹੜਾ ਬੰਦਾ ਆਪਦੇ ਪਰਿਵਾਰ ਦੀ ਆਪਦੇ ਬੱਚਿਆਂ ਦੀ ਕਸਮ ਖਾ ਕੇ ਉਹ ਤਾਂ ਨਹੀਂ ਖੜਿਆ ਗਾ ਉਹਨੂੰ ਝਾਤੀ ਮਾਰ ਲੈਣੀ ਚਾਹੀਦੀ ਉਹਦੇ ਵਰਕਰ ਅੰਦਰ ਦੂਜੀ ਗੱਲ ਇਹਨਾਂ ਨੇ ਕਹੀ ਸੀ ਆਮ ਆਦਮੀ ਪਾਰਟੀ ਦੇ ਮੇਰੇ ਸਾਥੀ ਨੇ ਕਿ ਬਾਜਵਾ ਸਾਹਿਬ ਕਦੇ ਇਹਦੀ ਟਿਕਟ ਮੰਗਦੇ ਆ ਕਦੇ ਉਹਦੀ ਟਿਕਟ ਮੰਗਦੇ ਆ ਉਹਨਾਂ ਵਾਈਫ ਨੂੰ ਟਿਕਟ ਨਹੀਂ ਮਿਲੀ ਉਹਨਾਂ ਦੇ ਭਰਾ ਨੂੰ ਉੱਥੋਂ ਚੋਣ ਲੜਾਈ ਗਈ ਆ ਫਿਰ MP ਦੀ ਗੱਲ ਇੱਕ ਮਿੰਟ ਸ਼ਮਿਤ ਇੱਕ ਮਿੰਟ ਵੀਰੇ ਫਿਰ ਇਹ ਜਿਹੜੀ ਗੱਲ ਇਹ ਕਹਿੰਦੇ ਆ ਮੈਂ ਇਹਨਾਂ ਨੂੰ ਇਹ ਦੱਸਣਾ ਚਾਹੁੰਦਾ ਕਿ 242 ਮੈਂਬਰ ਆ ਰਾਜ ਸਭਾ ਦੇ ਪੂਰੇ ਹਿੰਦੁਸਤਾਨ ਦੇ ਔਰ 125 ਕਰੋੜ ਦੀ ਆਬਾਦੀ ਦੇ ਵਿੱਚੋਂ 242 ਜਾ ਕੇ ਬੈਠਣਾ ਆਪਦੇ ਸੂਬੇ ਦੇ ਹੱਕਾਂ ਦੀ ਗੱਲ ਕਰਨੀ ਆਪਦੇ ਲੋਕਾਂ ਦੀ ਲੜਾਈ ਲੜਨੀ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਔਰ ਅਹੁਦਿਆਂ ਰੁਤਬਿਆਂ ਦੀ ਭੁੱਖ ਹੋਊਗੀ ਇਹਨਾਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਔਰ ਆਮ ਤੌਰ 'ਤੇ ਜਦੋਂ ਕਿ ਭ੍ਰਿਸ਼ਟਾਚਾਰ ਕੋਈ ਸਰਕਾਰ ਬਣਦੀ ਹੈ ਨਾ ਸਰਕਾਰ ਕੋਈ ਬਣ ਜਾਂਦੀ ਉਹ ਭ੍ਰਿਸ਼ਟਾਚਾਰ ਕਰਦੀ ਆ ਇਹ ਤਾਂ ਅਜੇ ਸਰਕਾਰ ਬਣੀ ਨਹੀਂ ਸੀ ਟਿਕਟਾਂ ਵੇਲੇ ਭ੍ਰਿਸ਼ਟਾਚਾਰ ਦੇ ਦੋਸ਼ ਲਾ ਕੇ ਕਰੋੜਾਂ ਰੁਪਈਆ ਛੱਡ ਦਿਓ 70 ਸੀਟਾਂ ਤੁਹਾਡੀਆਂ ਇਹ ਗੱਲ ਦੂਜਿਆਂ 'ਤੇ ਐਲੀਗੇਸ਼ਨ ਇਹ ਰਾਜਨੀਤੀ ਨਹੀਂ ਜੀ ਨਹੀਂ ਛੱਡਣਾ ਨਹੀਂ ਪੈਂਦਾ ਸ਼ਰਮਿਤ ਜੀ ਗੱਲ ਦਾ ਜਵਾਬ ਦੇਣਾ ਬਣਦਾ ਅਸੀਂ ਜਦੋਂ ਲੋਕਾਂ ਜਾਂਦੇ ਹਾਂ ਨਾ ਫਿਰ ਪੁੱਛਦੇ ਆ ਸਾਨੂੰ ਕਿ ਉਹਨੇ ਆਹ ਸਵਾਲ ਲੋਕ ਹੁਣ ਵਾਅਦਿਆਂ ਬਾਰੇ ਪੁੱਛ ਰਹੇ ਆ ਛੋਟੀ ਗੱਲ ਜਿਹੜੀ ਤੁਸੀਂ ਅਨਾਜ ਘਟਾਲੇ ਦੀ ਗੱਲ ਕਰਦੇ ਹੋ ਹਾਂਜੀ ਮੈਂ ਪਹਿਲਾਂ ਗੱਲ ਕੀਤੀ ਆ ਮੈਨੂੰ ਦੁਬਾਰਾ ਉਹ ਗੱਲ ਦੁਹਰਾਓ ਨਾ ਅਨਾਜ ਵਾਲੀ ਗੱਲ ਕਰ ਲਓ ਤੁਸੀਂ ਪਹਿਲਾਂ ਤੁਸੀਂ ਕੁਝ ਹੋਰ ਕਹਿ ਰਹੇ ਸੀ ਹੁਣ ਕੁਝ ਹੋਰ ਕਹਿ ਰਹੇ ਆ ਹਾਂਜੀ ਹਾਂਜੀ ਅਨਾਜ 31,000 ਕਰੋੜ ਦਾ ਘਟਾਲਾ
ਮੈਂ ਤੁਹਾਨੂੰ ਘੁਟਾਲਾ ਤਾਂ ਹੁਣ ਕਿਹਾ ਨਹੀਂ ਜਾ ਸਕਦਾ 1000 ਕਰੋੜ ਦਾ ਘੁਟਾਲਾ ਮੇਰੀ ਇਹ ਮੇਰੇ ਧਿਆਨ ਚ ਆ ਮੈਨੂੰ ਉਸ ਗੱਲ ਦੀ ਮੈਨੂੰ ਉਸ ਗੱਲ ਦੀ ਜਾਣਕਾਰੀ ਹੈ ਜਿਹੜੀ ਤੁਸੀਂ ਜਾਖੜ ਸਾਹਿਬ ਵਾਲੀ ਗੱਲ ਕਰਦੇ ਹੋ ਉਹ ਬਹੁਤ ਵੱਡੀ ਗੱਲ ਆ ਉਹਦੇ ਚ ਕੀ ਆ 20 ਸਾਲਾਂ ਲਈ ਪੰਜਾਬ ਸਰਕਾਰ ਨੇ ਇਹੋ ਜਿਹਾ ਨੁਕਸਾਨ ਕਰਕੇ ਗਏ ਆ ਆਉਣ ਵਾਲੀਆਂ ਸਰਕਾਰਾਂ ਵਾਸਤੇ ਇਹੋ ਜਿਹੇ ਕਹਿੰਦੇ ਆ ਵੀ ਪ੍ਰਬੰਧ ਕਰਕੇ ਗਈ ਆ ਮਾੜੇ ਕਿ 20 ਸਾਲ ਲਈ ਅਸੀਂ ਉਹਨੂੰ 6-6 ਹਜ਼ਾਰ ਕਰੋੜ ਰੁਪਈਆ ਉਹਦਾ ਕਿਸ਼ਤ ਭਰਨੀ ਹੈ 62,000-60,000 ਕਰੋੜ ਰੁਪਈਆ ਸਾਨੂੰ ਵਾਪਸ ਕਰਨਾ ਪੈਣਾ ਉਹਦੇ ਵਾਸਤੇ ਜਿਹੜਾ 31,000 ਕਰੋੜ ਦਾ ਘਟਾਲਾ ਹੋਇਆ ਉਹਦੇ ਵੀ ਸਬੂਤ ਇਕੱਠੇ ਕਰੇ ਹੋਏ ਆ ਕਰੀ ਜਾਂਦੇ ਹਾਂ ਜਿੰਨੀ ਕੁ ਜਾਣਕਾਰੀ ਹੋਊਗੀ ਆ ਕਿਉਂਕਿ ਪੂਰਾ ਪਲੰਦਾ ਬਣ ਕੇ ਤਰੀਕੇ ਨਾਲ ਘੇਰਾਂਗੇ ਕੋਈ ਹਲਕੀ ਫੁਲਕੀ ਗੱਲ ਨਹੀਂ ਸਰਕਾਰ ਬਣੀ ਨੂੰ 7 ਮਹੀਨੇ ਹੋਏ ਆ ਤੁਸੀਂ ਕਹਿ ਰਹੇ 6,000 ਕਰੋੜ ਦੀ ਕਿਸ਼ਤ ਜਾ ਰਹੀ ਹੈ ਵਾਸਤੇ ਅਸੀਂ ਬੜੇ ਕੰਮ ਕਰਨੇ ਆ ਇਕੱਲੀ ਕੋਈ ਆਹ ਹਾਂਜੀ ਹਾਂਜੀ ਅਸੀਂ ਕਰ ਰਹੇ ਹਾਂ ਇੱਕ ਕਿਸ਼ਤ ਇਹਨਾਂ ਨੇ ਤਾਂ ਪਹਿਲਾਂ ਇੰਤਜ਼ਾਮ ਕਰਕੇ ਗਏ ਹੋਏ ਆ ਜੀ ਇਹ ਤਾਂ ਬਿਜਲੀ ਦੇ ਸੌਦੇ ਕਰਕੇ ਗਏ ਆ ਬਿਜਲੀ ਉਹ ਜਨਤਾ ਨੂੰ ਬਚਾਉਣ ਲਈ ਅਸੀਂ ਸਾਰਾ ਕੁਛ ਕਰ ਰਹੇ ਹਾਂ ਜੀ ਸ਼ਰਮੇ ਜੀ ਜਨਤਾ ਨੂੰ ਬਚਾਉਣ ਲਈ ਤੁਸੀਂ ਹਰ ਵਾਰੀ ਸਵਾਲ ਪੂਰਾ ਨਹੀਂ ਹੋਣ ਕਰਦੇ ਫਿਰ ਤੁਸੀਂ ਪਿੱਛੋਂ ਸਰ ਮਤਲਬ ਗੱਲਾਂ ਅੱਗੇ ਪਿੱਛੇ ਜਾ ਰਹੀਆਂ ਦੂਜੇ ਬਰਾੜ ਸਾਹਿਬ ਨੂੰ ਲੈ ਕੇ ਆਉਂਦੇ ਆ ਚਰਨਜੀਤ ਜੀ ਨੂੰ ਲੈ ਕੇ ਆਉਂਦੇ ਆ ਚਰਨਜੀਤ ਜੀ ਨੂੰ ਵੀ ਥੋੜਾ ਉਹਨਾਂ ਨੂੰ ਬੋਲਣ ਦੇ ਹੁਣ ਫਿਰ ਕਾਲਰ ਕਹਿਣਗੇ ਕਮਲਜੀਤ ਬਰਾੜ ਹੀ ਜ਼ਿਆਦਾ ਬੋਲਦੇ ਨੇ ਸਾਰਿਆਂ ਨੂੰ ਦਬਾ ਰਹੇ ਨੇ ਤੁਸੀਂ ਕਾਲਰ ਦੀ ਗੱਲ ਦਾ ਵੀ ਧਿਆਨ ਰੱਖੋ ਥੋੜਾ ਜਿਹਾ ਚਰਨਜੀਤ ਜੀ ਪਹਿਲਾਂ ਗੱਲਾਂ ਕੁਝ ਹੋਰ ਹੋਈਆਂ ਹੁਣ ਗੱਲਾਂ ਕੁਝ ਹੋਰ ਹੋ ਰਹੀਆਂ ਹੈ ਮੈਂ ਤਾਂ ਗੱਲ ਬੈਠ ਕੇ ਸੁਣਦਾ ਹੁੰਦਾ ਬਾਈ ਜੀ ਜਦੋਂ ਮੇਰੀ ਗੱਲ ਚ ਕੋਈ ਬੋਲਦਾ ਮੈਂ ਤਾਂ ਉਹਦੀ ਜਵਾਬ ਦਿੰਦਾ ਮੈਂ ਆਪਣੇ ਵੱਲੋਂ ਤਾਂ ਕਹਿ ਨਹੀਂ ਰਿਹਾ ਕਾਲਰ ਦੀ ਗੱਲ ਕਹਿ ਰਿਹਾ ਦਬਦਾ ਨਹੀਂ ਪਹਿਲਾਂ ਤਾਂ ਮੈਂ ਪਬਲਿਕ ਨੂੰ ਵੀ ਇਹ ਗੱਲ ਕਲੀਅਰ ਕਰ ਦਿਆਂ ਹਾਂਜੀ ਪਰ ਇੱਕ ਕਮਲਜੀਤ ਜੀ ਦੀ ਬੋਲੀ ਦੇ ਉੱਤੇ ਸਾਨੂੰ ਸਾਰਿਆਂ ਨੂੰ ਗਿਲਾ ਰਹਿੰਦਾ ਪਿਛਲੇ ਵਾਰੀ ਅਸੀਂ ਇਹ ਫੈਸਲਾ ਕਰ ਗਏ ਸੀ ਸਾਰੇ ਪੈਨਲਿਸਟ ਹੀ ਕਿ ਇਹ ਤੂੰ ਤੜੰਗ ਕਰਕੇ ਗੱਲ ਕਰਦੇ ਮੇਰੀ ਇਹਨਾਂ ਨੂੰ ਰਿਕੁਐਸਟ ਹੈ ਕਿ ਪਾਰਟੀ ਨੇ ਮਾਨ ਬਖਸ਼ਿਆ ਕਿਰਪਾ ਕਰਕੇ ਆਪਾਂ ਜਿਹੜੀ ਡਿਬੇਟ ਦੀ ਮਰਜ਼ਾਦਾ ਉਹ ਜ਼ਰੂਰ ਰੱਖਣੀ ਸਮਝ ਨਾ ਬੋਲੋ ਭਾਵੇਂ ਸਮਾਂ ਟੋਕਣ ਵਾਲੇ ਟੋਕਿਆ ਜਾ ਸਕਦਾ ਇਹ ਵੀ ਇੱਕ ਡਿਬੇਟ ਦਾ ਹੈਲਦੀ ਇਹ ਵੀ ਇੱਕ ਡਿਬੇਟ ਦਾ ਹਿੱਸਾ ਹੈ ਦੂਜੀ ਬੇਨਤੀ ਮੈਂ ਕਰਾਂ ਚਮਰਤ ਜੀ ਮੈਂ ਬੇਨਤੀ ਹੁਣ ਇੱਕ ਕਰਾਂ ਕਿ ਸਭ ਤੋਂ ਪਹਿਲਾਂ ਮੈਂ ਇਹਨਾਂ ਦੀ ਗੱਲ ਦਾ ਜਵਾਬ ਦੇ ਦਿਆਂ ਜਿਹੜਾ 31,000 ਕਰੋੜ ਦਾ ਘੁਟਾਲੇ ਦੀ ਗੱਲ ਕਰਾਂ ਹਾਂਜੀ ਹਾਂਜੀ ਮੈਂ 2005 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਉਂਕਿ ਹਿੰਦੁਸਤਾਨ ਦੇ ਬਾਕੀ ਸੂਬਿਆਂ ਦੇ ਵਿੱਚ ਕਿਰਾਏ ਦੇ ਭਾੜੇ ਦੇ ਰੇਟ ਹੋਰ ਹੁੰਦੇ ਆ ਔਰ ਇੱਥੇ ਹੋਰ ਹੁੰਦੇ ਆ 2005 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਆਪ ਇਵੇਂ ਜਿਵੇਂ ਹੀ ਜਿਵੇਂ ਹੁਣ ਸਾਡੀ ਸਰਕਾਰ ਨੇ ਕੇਂਦਰ ਦੀ ਸਰਕਾਰ ਨਾਲ ਕੀਤਾ ਉਵੇਂ ਸੈਟਲਮੈਂਟ ਕੀਤੀ ਸੀ ਔਰ ਅਸੀਂ ਸਗੋਂ ਦੀ ਓਪਨ ਦਾ ਖੁੱਲ੍ਹਾ ਰੱਖਿਆ ਸੀ ਕਿ ਇਹਦੇ ਵਿੱਚ ਹਿਸਾਬ ਕਿਤਾਬ ਕੀਤਾ ਜਾ ਸਕਦਾ ਜੇ ਕੋਈ ਘਾਟਾ ਵਾਧਾ ਹੋਵੇ ਤਾਂ ਪੂਰਾ ਕੀਤਾ ਜਾ ਸਕਦਾ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਉਹਦਾ ਹਿਸਾਬ ਕਿਤਾਬ ਕਰ ਲੈਣ ਜੇ ਕੋਈ ਪੰਜਾਬ ਦਾ ਫਾਇਦਾ ਹੋਣ ਵਾਲਾ ਕਰ ਦੇਣ ਤੇ ਜੇ ਕਿਸੇ ਨੇ ਕੋਈ ਗਲਤ ਕੰਮ ਕੀਤਾ ਤਾਂ ਉਹਨੂੰ ਭਾਵੇਂ ਜੋ ਸਜ਼ਾ ਬਣਦੀ ਹੈ ਉਹ ਦੇ ਦੇਣ ਐਵੇਂ ਇਹਨੂੰ ਘੁਟਾਲਾ ਨਾ ਕਹਿਣ ਮੇਰੀ ਇੱਕ ਬੇਨਤੀ ਹੈ ਦੂਜੀ ਬੇਨਤੀ ਮੈਂ ਕਰਾਂ ਕਿ ਜਿਹੜੀ ਸਾਡੇ ਆਮ ਆਦਮੀ ਪਾਰਟੀ ਦੇ ਵੀਰ ਨੇ ਕਹੀ ਹੈ ਕਿ ਭੋਲੇ ਨੇ ਨਾਂ ਲਿਆ ਤੇ ਇੱਕ ਈਡੀ ਦੇ ਸੰਮਣ ਦੀ ਗੱਲ ਕੀਤੀ ਹੈ ਦੋ ਗੱਲਾਂ ਕੀਤੀਆਂ ਦੇਖੋ ਈਡੀ ਨੇ ਸੰਮਣ ਕੀਤਾ ਜਾਂਚ ਏਜੰਸੀ ਹੈ ਸੰਮਣ ਕੀਤਾ ਔਰ ਸੰਮਣ ਕਰਨ ਤੋਂ ਬਾਅਦ ਉਹਨਾਂ ਨੇ ਆਪਦੀ ਸੈਟਿਸਫੈਕਟਰੀ ਜਿਹੜੀ ਹੈਗੀ ਹੈ ਜਾਰ ਰੱਖੀ ਹੈ ਤਾਂ ਕਿ ਉਦੋਂ ਅੱਗੇ ਗੱਲ ਚੱਲੀ ਨਹੀਂ ਭੋਲੇ ਨੇ 11ਵੀਂ ਪੇਸ਼ੀ ਦੇ ਉੱਤੇ ਆ ਕੇ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਂ ਲਿਆ 11ਵੀਂ ਪੇਸ਼ੀ ਤੇ ਪਹਿਲਾਂ ਦੱਸ ਕਿਉਂ ਚੁੱਪ ਰਹੇ ਇਹ ਵੀ ਸਾਰੇ ਜਾਣਦੇ ਔਰ ਸੁਪਰੀਮ ਕੋਰਟ ਕੀ ਸਾਰੀਆਂ ਕੋਰਟਾਂ ਇਸ ਗੱਲ ਨੂੰ ਮੰਨਦੀਆਂ ਕਿ ਜਿਹੜਾ ਅਕਿਊਜ਼ਡ ਹੈਗਾ ਉਹ ਕਿਸੇ ਦੇ ਖਿਲਾਫ਼ ਵੀ ਬੋਲਦੇ ਤਾਂ ਉਹਨੂੰ ਲਿਆ ਨਹੀਂ ਜਾ ਸਕਦਾ ਇੱਕ ਮੈਂ ਗੱਲ ਕਰਦਿਆਂ ਉਦੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਜੀ ਇਹ PAL ਪਾ ਕੇ ਹਾਈ ਕੋਰਟ ਗਏ ਪਰ ਹਾਈ ਕੋਰਟ ਨੇ ਉਹਨਾਂ ਦੇ ਦੋਸ਼ਾਂ ਨਾਲ ਸਹਿਮਤ ਨਹੀਂ ਹੋਏ ਸਰਦਾਰ ਜਗਮੀਤ ਸਿੰਘ ਬਰਾੜ ਸਾਹਿਬ ਸੀ ਕਾਂਗਰਸ ਪਾਰਟੀ ਦੇ ਉਸ ਵੇਲੇ ਦੇ ਨੇਤਾ ਉਹਨਾਂ ਨੇ ਵੀ PAL ਪਾਈ ਉਹ ਵੀ ਜਿਹੜੀ ਹੈਗੀ ਆ ਨਹੀਂ ਮੰਨੀ ਗਈ ਕਿਉਂਕਿ ਚੀਫ ਜਸਟਿਸ ਸਾਹਿਬ ਨੇ ਕਿਹਾ ਕਿ ਇਹਦੇ ਵਿੱਚ ਨਹੀਂ ਬਣਦਾ ਜਦੋਂ ਕੋਈ ਕੋਰਟ ਨਹੀਂ ਮੰਨਦੀ ਮੁੱਖ ਮੰਤਰੀ ਖੁਦ ਸਬੂਤ ਦੇ ਚੁੱਕੇ ਆ ਮੀਡੀਆ ਖੁਦ ਕਹਿ ਰਹੇ ਚੁੱਕਿਆ ਸਿੱਧੂ ਜਿਹੜਾ ਸਭ ਤੋਂ ਵੱਧ ਖਿਲਾਫ਼ ਮਜੀਠੀਆ ਸਾਹਿਬ ਦੇ ਖਿਲਾਫ਼ ਬੋਲਦਾ ਉਹਨੇ ਖੁਦ ਕਹਿਤਾ ਕਿ ਹਲੇ ਸਰਕਾਰ ਕੋਲ ਸਬੂਤ ਨਹੀਂ ਤੇ ਉਦੋਂ ਬਾਅਦ ਮੇਰਾ ਖਿਆਲ ਹੈ ਕਿ ਬੰਦੇ ਦੇ ਉੱਤੇ ਐਲੀਗੇਸ਼ਨ ਲਾਉਣੇ ਬਹੁਤ ਮਾੜੀ ਗੱਲ ਹੈ ਪਰ ਮੈਂ ਅੱਜ ਇੱਕ ਆਮ ਆਦਮੀ ਪਾਰਟੀ ਨੂੰ ਸਵਾਲ ਕਰਦਾ ਹੈ ਕਿ ਇਹ ਬੜੇ ਐਥਿਕ ਵਾਲੀ ਪਾਰਟੀ ਸੀ ਔਰ ਇਹਨਾਂ ਦਾ ਸਭ ਤੋਂ ਵੱਡਾ ਐਥਿਕ ਵਾਲਾ ਲੀਡਰ ਜਿਹੜਾ ਤੁਰੇ ਜਾਂਦੇ ਕੋਈ ਛਿੱਕ ਮਾਰ ਦਿੰਦਾ ਸੀ ਤੇ ਗੱਡੀ ਰੋਕ ਕੇ ਤੇ ਫੇਸਬੁੱਕ ਤੇ ਲਾਈਵ ਹੋ ਕੇ ਅਸਤੀਫਾ ਮੰਗਣ ਲੱਗ ਜਾਂਦਾ ਸੀ ਜਿਹੜੇ ਕਿ ਸਾਰਿਆਂ ਤੋਂ ਵੱਧ ਬਦਨਾਮ ਕਰਨ ਤੇ ਪੰਜਾਬ ਤੇ ਪੰਜਾਬ ਦੀ ਜਵਾਨੀ ਨੂੰ ਚਿੱਟੇ ਦੇ ਨਾਂ ਤੇ ਬਦਨਾਮ ਕਰਨ ਵਾਲੀ ਇਹ ਪਾਰਟੀ ਸੀ ਤੇ ਮੇਰੀ ਇਹ ਬੇਨਤੀ ਹੈ ਕਿ ਅੱਜ ਸੈਸ਼ਨ ਜੱਜ ਸਾਹਿਬ ਨੇ ਐਜ਼ ਅਕਿਊਜ਼ਡ ਨੋਨ ਅਵੇਲੇਬਲ ਵਾਰੰਟ ਜਾਰੀ ਕੀਤੇ ਹੈ ਤੇ ਅੱਜ ਐਥਿਕ ਕਿੱਥੇ ਗਏ ਉਸ ਮੇਰੇ ਵੀਰ ਦੇ ਅੱਜ ਬੇਨਤੀ ਹੈ ਆਮ ਆਦਮੀ ਪਾਰਟੀ ਦਾ ਅੱਜ ਇੱਕ ਇਮਤਿਹਾਨ ਹੈ ਕਿ ਜਿਹੜੀਆਂ ਇਹ ਗੱਲਾਂ ਕਰਦੇ ਸੀ ਕਹਿਣੀ ਤੇ ਕਰਨੀ ਦੇ ਵਿੱਚ ਪਹਿਲਾਂ ਹੀ ਇਹਨਾਂ ਦੇ ਫਰਕ ਸੀ ਪਰ ਅੱਜ ਇਸ ਗੱਲ ਨੂੰ ਇਹ ਸਬੂਤ ਵਜੋਂ ਔਰ ਆਮ ਆਦਮੀ ਪਾਰਟੀ ਲਈ ਚੈਲੰਜ ਹੈ
ਕਿ ਚਿੱਟੇ ਦੇ ਸਰਗਨਾ ਨੂੰ ਆਪਣੀ ਪਾਰਟੀ ਚੋਂ ਚਲੋ ਬੈਰਾਗੀ ਸਾਹਿਬ ਤੋਂ ਜਵਾਬ ਲੈ ਲੈਂਦੇ ਆ ਇਸ ਗੱਲ ਦਾ ਜਵਾਬ ਮੇਰੇ ਵੀਰ ਜਿਹੜੇ ਆਮ ਆਦਮੀ ਬੈਰਾਗੀ ਸਾਹਿਬ ਜ਼ਰੂਰ ਜਵਾਬ ਦੇਣਗੇ ਬੈਰਾਗੀ ਸਾਹਿਬ ਇੱਥੇ ਹੋ ਕੀ ਰਿਹਾ ਹੈ ਮਤਲਬ ਇਲੈਕਸ਼ਨ ਦੇ ਜਦੋਂ ਕੈਂਪੇਨਿੰਗ ਹੋ ਰਹੀ ਸੀ ਸਭ ਨੇ ਕਿਹਾ ਕਿ ਅਸੀਂ ਇਸ ਤਰੀਕੇ ਨਾਲ ਕਰਾਂਗੇ ਭ੍ਰਿਸ਼ਟਾਚਾਰ ਬਹੁਤ ਸਾਰਾ ਹੈ ਭ੍ਰਿਸ਼ਟਾਚਾਰ ਬਹੁਤ ਹੈ ਮਤਲਬ ਪੰਜਾਬ ਜਿਹੜਾ ਹੈ ਉਹ ਭ੍ਰਿਸ਼ਟਾਚਾਰ ਦਾ ਘਰ ਬਣ ਗਿਆ ਹੈ ਇਸ ਤਰੀਕੇ ਦੀਆਂ ਬਹੁਤ ਗੱਲਾਂ ਹੋਈਆਂ ਫਿਰ ਕਾਰਵਾਈ ਦੀ ਵੀ ਗੱਲ ਹੋਈ ਅਤੇ ਫਿਰ ਹੁਣ ਦੇਖਿਆ ਜਾਵੇ ਇਹ ਸਿਰਫ ਸਿਆਸਤ ਹੀ ਰਹਿ ਗਈ ਮਤਲਬ ਗੱਲਾਂ ਕੁਛ ਹੋਰ ਅਤੇ ਹੁਣ ਕੁਛ ਹੋਰ ਉਹ ਪਹਿਲਾਂ ਕਥਿਤ ਘੋਟਾਲੇ ਦੀ ਵੀ ਗੱਲ ਹੋਈ ਹੁਣ ਉਹਦੀ ਅਸੀਂ ਕਿਸ਼ਤ ਵੀ ਭਰ ਰਹੇ ਹਾਂ ਮਤਲਬ ਪਹਿਲਾਂ ਕੁਛ ਹੋਰ ਕਿਹਾ ਗਿਆ ਸੀ ਬਿਲਕੁਲ ਬਿਲਕੁਲ ਜਦੋਂ ਮੇਰੇ ਕਾਂਗਰਸ ਦੇ ਭਰਾ ਬੋਲੇ ਆ ਨਾ ਤੁਹਾਨੂੰ ਵੀ ਉਹਨਾਂ ਨੇ ਟੋਕਿਆ ਵੀ ਤੁਸੀਂ ਮੈਨੂੰ ਵਿਅਕਤੀ ਨਾ ਟੋਕਿਓ ਮੈਨੂੰ ਲੱਗਿਆ ਵੀ ਬਹੁਤ ਉਹ ਆਂਕੜੇ ਫੈਕਟ ਪੇਸ਼ ਕਰਨਗੇ ਵੀ ਭ੍ਰਿਸ਼ਟਾਚਾਰੀਆਂ ਦੇ ਵਰਖਿਲਾਫ਼ ਅਸੀਂ ਕੀ ਕੱਢੇ ਆ ਨਤੀਜੇ ਹਜੇ ਤੱਕ ਅਸੀਂ ਕਿੱਥੋਂ ਤੱਕ ਸਾਡੀ ਕਾਰਵਾਈ ਕਹੀ ਆ ਤੇ ਸਿਆਸਤ ਹੋ ਰਹੀ ਆ ਤਾਂ ਕਿਵੇਂ ਹੋ ਰਹੀ ਆ ਪਰ ਉਹਨਾਂ ਨੇ ਤੁਹਾਡੇ ਚੈਨਲ ਤੇ ਬਹਿ ਕੇ ਬੜੀ ਸਫਾਈ ਦੇ ਨਾਲ ਜਿਹੜੇ ਰਾਜ ਸਭਾ ਦੇ 260 ਮੈਂਬਰ ਆ ਉਹਨਾਂ ਨੂੰ ਵੀ 242 ਕਰਤਾ ਇਹਨਾਂ ਨੂੰ ਮੈਂ ਦੱਸਦਾ 12 ਨੋਮੀਨੇਟਡ ਹੁੰਦੇ ਆ ਬਾਕੀ ਇਲੈਕਟਡ ਹੁੰਦੇ ਆ ਚਲੋ ਐਨੀ ਹਾਓ ਗੱਲ ਹੁਣ ਇਹ ਆ ਭ੍ਰਿਸ਼ਟਾਚਾਰ ਸਿਖਰਾਂ ਤੇ ਆ ਜੀ ਆ ਬਰਾੜ ਸਾਹਿਬ ਨੇ ਅਕਾਲੀ ਦਲ ਵਾਲਿਆਂ ਨੇ ਵੀ ਗੱਲ ਕੀਤੀ ਆ ਦੇਖੋ ਸੁਖਪਾਲ ਸਿੰਘ ਖਹਿਰਾ ਜੀ ਨੂੰ ਸਮਨਿੰਗ ਹੋ ਰਹੀ ਆ ਕੋਰਟ ਰਾਹੀਂ ਜਿਹੜਾ ਸਰਕਾਰੀ ਵਕੀਲ ਆ ਉਹ ਐਪਲੀਕੇਸ਼ਨ 319 ਦੇ ਥੱਲੇ ਲਾ ਰਿਹਾ ਕਿਉਂਕਿ ਕਾਲ ਡਿਟੇਲਸ ਦੇ ਵਿੱਚੋਂ ਉਹਦਾ ਉਹਨਾਂ ਦਾ ਕਿਤੇ ਨਾ ਕਿਤੇ ਜਿਹੜਾ ਸੀਗਾ ਉਹਨਾਂ ਦੀ ਗੱਲਬਾਤ ਹੋਈ ਸੀਗੀ ਉਹ ਜਿਹੜੇ ਅਕਿਊਜ਼ਡ ਉੱਥੇ ਜਿਹਨਾਂ ਦੇ ਕਨਵਿਕਟਡ ਹੋ ਗਏ ਆ ਸੈਕਿੰਡਲੀ ਮਜੀਠਾ ਸਾਹਿਬ ਦੇ ਅਗੇਂਸਟ ਨਾ ਤਾਂ ਕੋਈ ਸਰਕਾਰੀ ਏਜੰਸੀ ਬੋਲਦੀ ਆ ਨਾ ਕੋਈ ਸਰਕਾਰੀ ਵਕੀਲ ਪਰਚੀ ਲਾਉਂਦਾ ਵਾ ਹਾਲਾਂਕਿ ਉੱਥੇ ਇੱਕ ਅਕਿਊਜ਼ਡ ਬਕਾਇਦਾ ਆਪਦੇ ਬਿਆਨਾਂ ਦੇ ਵਿੱਚ ਇਹ ਗੱਲ ਦਿਖਾਉਂਦਾ ਜਿੱਥੋਂ ਕਲੀਅਰਲੀ ਦੀਦਾ ਜਿਹੜੀ ਚੀਜ਼ ਤੋਂ ਬਾਜਵਾ ਸਾਹਿਬ ਵੀ ਫੈਡ ਅਪ ਨੇ ਵੀ ਇਹ ਚਾਚੇ ਭਤੀਜੇ ਦੀ ਰਾਜਨੀਤੀ ਸ਼ੁਰੂ ਹੋ ਗਈ ਉਹ ਉਹਨੂੰ ਬਚਾਉਣਾ ਚਾਹੁੰਦਾ ਉਹ ਉਹਨੂੰ ਬਚਾਉਣਾ ਚਾਹੁੰਦਾ ਗੱਲ ਕੀ ਮੈਂ ਤੁਹਾਨੂੰ ਦੱਸਦਾ ਵੀ ਜਿਹੜਾ ਇਨਫੋਰਸਮੈਂਟ ਡਾਇਰੈਕਟਰ ਦਾ ਲੁਧਿਆਣੇ ਕੇਸ ਚੱਲ ਰਿਹਾ ਈਡੀ ਦਾ ਉਹ ਇੰਟਰਨੈਸ਼ਨਲ ਲੈਵਲ ਦੀ ਕੰਪਲੇਂਟ ਤੇ ਚੱਲਿਆ ਪਿਆ ਮਹਾਰਾਜ ਸਾਹਿਬ ਮਜਬੂਰ ਨੇ ਵੀ ਜੇ ਉਹ ਥੱਲੇ ਹੱਥ ਪਾਉਂਦੇ ਨੇ ਤੇ ਗਾਂਧਾਰਾ ਮੋਦੀ ਤੱਕ ਖੜਕਦੀਆਂ ਤੇ ਤੁਸੀਂ ਨੋਟ ਕਰ ਲਓ ਇਹ ਸਾਰੇ ਰਲੇ ਮਿਲੇ ਚੱਲਦੇ ਆ ਹਾਂ ਜੇ ਆਮ ਆਦਮੀ ਪਾਰਟੀ ਸੱਤਾ ਚ ਆਉਂਦੀ ਤਾਂ ਜ਼ਰੂਰ ਕੁਛ ਹੁੰਦਾ ਨਹੀਂ ਆਈ ਅਸੀਂ ਅੱਜ ਵੀ ਬਾਜਵਾ ਸਾਹਿਬ ਨੂੰ ਅਪੀਲ ਕਰਦੇ ਹਾਂ ਵੀ ਤੁਸੀਂ 40 ਹੈਗੇ ਹੋ ਆ ਜਾਓ ਤੁਸੀਂ ਦੇਖਿਓ ਪੰਜਾਬ ਨੂੰ ਜਿਨ੍ਹਾਂ ਨੇ ਤਬਾਹ ਕੀਤਾ ਜਿਨ੍ਹਾਂ ਨੇ ਪੰਜਾਬ ਦਾ ਇਹ ਹਸ਼ਰ ਕੀਤਾ ਉਹਨਾਂ ਦਾ ਹਸ਼ਰ ਦੇਖਿਓ ਤੁਸੀਂ ਕੀ ਹੁੰਦਾ ਇਹੀ ਬੇਨਤੀ ਕਰਦਾ ਵੀ ਪੰਜਾਬ ਚੋਂ ਭ੍ਰਿਸ਼ਟਾਚਾਰ ਖਤਮ ਹੋਣਾ ਚਾਹੀਦਾ ਖਹਿਰਾ ਸਾਹਿਬ ਦੇ ਅਸਤੀਫੇ ਬਾਰੇ ਜ਼ਰੂਰ ਮਾੜਾ ਜਿਹਾ ਕਲੀਅਰ ਕਰਦੇ ਜੀ ਕਿਉਂਕਿ ਬਹੁਤ ਵੱਡੇ ਐਥਿਕ ਲੈ ਕੇ ਇਹ ਪਾਰਟੀ ਚੱਲੀ ਸੀਗੀ ਜੀ ਗੀਗਾ ਸਾਹਿਬ ਦਾ ਰਿਐਕਸ਼ਨ ਲੈਂਦੇ ਆ ਗੀਗਾ ਸਾਹਿਬ ਇਹ ਰਲੇ ਮਿਲੇ ਹੋਣ ਦੀ ਗੱਲ ਕਹਿ ਰਹੇ ਨੇ ਬਰਾਗੀ ਸਾਹਿਬ ਚੌਧਰੀ ਸਾਹਿਬ ਮੈਂ ਬਰਾੜ ਸਾਹਿਬ ਦੀ ਜਵਾਬ ਦੇਣਾ ਨਹੀਂ ਇਹਨਾਂ ਨੇ ਸੈਟੀਸਫਾਈ ਨਹੀਂ ਹੋਣਾ ਇਹ ਬਾਅਦ ਚ ਮੇਥੋਂ ਪੁੱਛਣਗੇ ਮੈਂ ਚੈਨਲ ਤੇ ਦੱਸਦਾ ਨਾਲੇ ਲੋਕੀ ਵੀ ਸੁਣ ਲੈਣਗੇ ਜਿੱਥੋਂ ਤੱਕ ਅਸਤੀਫੇ ਦੀ ਗੱਲ ਆ ਖਹਿਰਾ ਸਾਹਿਬ ਦੀ ਪ੍ਰੇਮਾ ਪਸਾਈ ਇਹ ਦਿਸ ਰਿਹਾ ਦੇਖੋ ਮੈਂ ਐਜ਼ ਏ ਵਕੀਲ ਇਹ ਗੱਲ ਨੂੰ ਬੜਾ ਸਪਸ਼ਟ ਤੌਰ ਤੇ ਕਹਿਣਾ ਚਾਹੂੰਗਾ ਵੀ ਜੱਜ ਤੇ ਜੱਜਮੈਂਟ ਦੇ ਵਿਚਕਾਰ ਸਾਨੂੰ ਇੱਕ ਲਾਈਨ ਡਰਾ ਕਰਨੀ ਪਊਗੀ ਜਿਹੜੇ ਮੈਂ ਹੁਣ ਸ਼ਬਦ ਬੋਲੂੰਗਾ ਉਹ ਕੋਰਟ ਦੀ ਕੋਈ ਬੇਅਦਬੀ ਜਾਂ ਜੱਜ ਸਾਹਿਬ ਦੇ ਅਗੇਂਸਟ ਨਹੀਂ ਉਹ ਜੱਜਮੈਂਟ ਦੇ ਅਗੇਂਸਟ ਹੋਣਗੇ ਪ੍ਰੇਮਾ ਪਸਾਈ ਆਮ ਆਦਮੀ ਪਾਰਟੀ ਇਹ ਮਹਿਸੂਸ ਕਰਦੀ ਆ ਵੀ ਜਿਹੜੀ ਜੱਜਮੈਂਟ ਆਈ ਆ ਜਿਹੜੀ ਐਪਲੀਕੇਸ਼ਨ ਲਾਈ ਆ ਉਹਦੇ ਵਿੱਚ ਕਲੀਅਰਲੀ 319 ਸੈਕਸ਼ਨ ਇਹ ਕਹਿੰਦਾ ਵੀ ਇੱਕ ਤਾਂ ਇਨਕੁਆਇਰੀ ਜਾਂ ਟ੍ਰਾਇਲ ਦੇ ਦੌਰਾਨ ਸੱਦਿਆ ਜਾ ਸਕਦਾ ਵਾ ਜਿਹੜੇ ਵੀ ਬੰਦੇ ਦਾ ਨਾਂ ਆਵੇ ਮੈਂ ਪੜ੍ਹ ਦਿੰਦਾ ਜੀ ਅੰਗਰੇਜ਼ੀ ਚ ਕਹੋ ਤਾਂ ਚਲੋ ਮੁੱਦਾ ਥੋੜਾ ਉਧਰ ਚਲਾ ਜਾਏਗਾ ਗੀਗਾ ਸਾਹਿਬ ਇਹ ਰਲੇ ਮਿਲੇ ਹੋਣ ਦੀ ਗੱਲ ਕਹਿ ਰਹੇ ਨੇ ਸਬ ਕਲੌਸ 1 ਆ ਗੀਗਾ ਸਾਹਿਬ ਨੂੰ ਬੋਲਣ ਦੇ ਹੁਣ ਟਾਈਮ ਖਤਮ ਹੋ ਰਿਹਾ ਹੈ ਟਾਈਮ ਖਤਮ ਹੋ ਰਿਹਾ ਆਪਾਂ ਐਥਿਕ ਦੀ ਗੱਲ ਕਰਦੇ ਆ ਸਿਰਫ ਐਥਿਕ ਦੀ ਕਿਉਂਕਿ ਦੂਜੀਆਂ ਪਾਰਟੀਆਂ ਨੇ ਉਹਨੇ ਬੜਾ ਬਾਦਲ ਸਾਹਿਬ ਨੇ ਬਾਦਲ ਸਾਹਿਬ ਜੇਲ੍ਹ ਚ ਵੀ ਚਲੇ ਗਏ ਸੀ ਦੂਜੀਆਂ ਮੇਰੀ ਅੱਜ ਕੈਪਟਨ ਅਮਰਿੰਦਰ ਸਿੰਘ ਮੇਰੀ ਇੱਕ ਬਰਾਗੀ ਸਾਹਿਬ ਮੇਰੀ ਬੇਨਤੀ ਆ ਉਹ ਐਥਿਕ ਸੈੱਟ ਕਰ ਦੇ ਦੂਜੀਆਂ ਪਾਰਟੀਆਂ ਨੂੰ ਅਸਤੀਫਾ ਦੇਣ ਅਸੀਂ ਵੀ ਅਸਤੀਫਾ ਦੇ ਦਾਂਗੇ ਇੱਕ ਮਿੰਟ ਠਹਿਰ ਜਾਓ ਦੂਜੀਆਂ ਪਾਰਟੀਆਂ ਨੂੰ ਤਾਂ ਤੁਸੀਂ ਭ੍ਰਿਸ਼ਟ ਪਾਰਟੀਆਂ ਦੱਸਦੇ ਆ ਗੱਲ ਮੇਰੀ ਵਿਚਾਰੇ ਦੂਜੀਆਂ ਪਾਰਟੀਆਂ ਦਾ ਸਾਰਾ ਸਿਸਟਮ ਤੁਸੀਂ ਵਗੜਾ ਕਰਦੇ ਹੋ ਗੱਲ ਇਹ ਆ ਵੀ ਤੁਸੀਂ ਆਪਣੇ ਆਪ ਨੂੰ ਵੱਖਰਾ ਖੜਾ ਕਰਦੇ ਸੀ ਉਹਦੀ ਨਹੀਂ ਸੀ ਬੈਰਾਗੀ ਸਾਹਿਬ ਜਿਹੜਾ ਇਹ ਸਵਾਲ ਪੁੱਛ ਰਹੇ ਹੈ ਐਥਿਕਸ ਵਾਲਾ ਸਵਾਲ ਪੁੱਛ ਰਹੇ ਉਸ ਤੇ ਤੁਸੀਂ ਜਵਾਬ ਦੇ ਦਿਓ ਫਿਰ ਉਹ ਰਲੇ ਮਿਲੇ ਹੋਣ ਵਾਲੀ ਅਸੀਂ ਕਮਲਜੀਤ ਬਰਾੜ ਸਾਹਿਬ ਤੋਂ ਜਵਾਬ ਲਵਾਂਗੇ ਜਲਦੀ ਦੇ ਨਾਲ ਰਲੇ ਮਿਲੇ ਰਾਸ਼ਟਰਪਤੀ ਦੀਆਂ ਵੋਟਾਂ ਕੱਲ ਤਾਂ ਇਕੱਠੇ ਪਾ ਕੇ ਹਟਿਆ ਰਲੇ ਮਿਲੇ ਸਾਨੂੰ ਦੱਸਦੇ ਆ ਸਰਕਾਰ ਕਾ ਇਕੱਠੇ ਬਣਾਉਣ ਨੂੰ ਫਿਰਦੇ ਆ ਰਲੇ ਮਿਲੇ ਸਾਨੂੰ ਦੱਸਦੇ ਆ ਤੁਸੀਂ ਰਾਸ਼ਟਰਪਤੀ ਨੂੰ ਤਾਂ ਛੱਡ ਦੋ ਬਰਾੜ ਸਾਹਿਬ ਬੜੇ ਸਿਆਣੇ ਹੋ ਰਾਸ਼ਟਰਪਤੀ ਨੂੰ ਤਾਂ ਨਾਲ ਛੱਡ ਦੋ ਤੁਸੀਂ ਕੀ ਹੋ ਗਿਆ ਫਿਰ ਕੀ ਹੋ ਗਿਆ ਜਿੱਦੇ ਰਲ ਕੇ ਪਹਿਲਾਂ ਸਰਕਾਰ ਦਿੱਲੀ ਚ ਬਣਾਈ ਚਲਾ ਕਰ ਲੈਣੇ ਆ ਐਥਿਕ ਐਥਿਕਸ ਦੀ ਗੱਲ ਜਿਹੜੀ ਹੈਗੀ ਆ ਨਾ ਚੌਧਰੀ ਸਾਹਿਬ ਆਮ ਆਦਮੀ ਪਾਰਟੀ ਦੇ ਵਿੱਚ ਡਿਸਪਲਿਨ ਹੋਵੇ ਆ ਭ੍ਰਿਸ਼ਟਾਚਾਰ ਦੇ ਵਰਖਿਲਾਫ ਜੰਗ ਚੱਲੂ ਪਰ ਪ੍ਰੇਮਾ ਪਸਾਈ ਆ ਜੱਜਮੈਂਟ ਮੈਂ ਦੇਖੀ ਆ ਇਹ ਲੱਗਦਾ ਵੀ ਇਹ ਜਿਹੜਾ ਹੈਗਾ ਸਮਨਿੰਗ
ਆਰਡਰ ਆ ਇਹ ਹਾਈ ਕੋਰਟ ਦੇ ਵਿੱਚ ਟਿਕਣੇ ਨਹੀਂ ਉੱਥੋਂ ਇਹ ਪੇਸ਼ ਹੋ ਜਾਣੇ ਚਲੋ ਠੀਕ ਹੈ ਕਮਲਜੀਤ ਬਰਾੜ ਸਾਹਿਬ ਅਸਤੀਫਿਆਂ ਦੀ ਗੱਲ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਜੇਲ੍ਹ ਜਾ ਚੁੱਕੇ ਆ ਇਹਦਾ ਮਤਲਬ ਦੋਸ਼ ਤੈਅ ਹੋ ਚੁੱਕੇ ਆ ਇਹਦਾ ਮਤਲਬ ਹੈ ਕੋਈ ਵੱਖਰਾ ਤਾਂ ਨਹੀਂ ਨਾ ਖੜਾ ਸ਼ੋ ਕਰ ਸਕਦੇ ਆਪਣੇ ਆਪ ਨੂੰ ਇਹਦਾ ਮਤਲਬ ਆਪਣੇ ਆਪ ਨੂੰ ਜਿਹੜਾ ਬਹੁਤ ਪਾਕ ਪਵਿੱਤਰ ਕਰੇ ਅਸੀਂ ਇਹ ਨਾਲ ਕਿਹ ਬਣੀਗੇ ਅਸੀਂ ਬਹੁਤ ਵਧੀਆ ਵਰਗੇ ਨਾਲ ਉਹਦਾ ਬਹੁਤ ਵਧੀਆ ਘੰਟੇ ਫਿਰ ਸਿਰ ਤੇ ਸਿਰ ਪੋਲੀਟੀਕਲੀ ਪ੍ਰੈਸ਼ਰ ਕਰਦੇ ਦਿੱਲੀ ਚ ਇੱਕ ਵਾਰ ਮਿਲ ਕੇ ਸਰਕਾਰ ਬਣਾਈ ਸੀ ਕਾਂਗਰਸ ਦੇ ਨਾਲ ਤੇ ਦੁਆਰਾ ਇਹ 70 ਚੋਂ 67 ਆ ਗਏ ਸੀ ਤੇ ਹੁਣ ਇਹ ਗੱਲ ਕਰਦੇ ਪੰਜਾਬ ਦੀ ਜੇ 40 ਆ ਜਾਣ ਤਾਂ ਇਹ ਪਹਾੜ ਢਾ ਦੇਣਗੇ ਜਿਹੜਾ ਦਿੱਲੀ ਚ ਇਹਨਾਂ ਨੇ ਪਹਾੜ ਢਾ ਲਿਆ 17 ਚੋਂ 67 ਨੇ ਉੱਥੇ ਤਾਂ ਇਹਨਾਂ ਕੋਲੇ ਕੁਛ ਹੁੰਦਾ ਨੀ ਹੁਣ ਇਹ ਪੰਜਾਬ ਚ ਕੀ ਕਰਨਗੇ ਚਲੋ ਟਾਈਮ ਖਤਮ ਹੋ ਗਿਆ ਟਾਈਮ ਖਤਮ ਹੋ ਗਿਆ ਕਮਲਜੀਤ ਬਰਾੜ ਸਾਹਿਬ ਜਲਦੀ ਦੇ ਨਾਲ ਕਹਿ ਦਿਓ ਆਪਣੀ ਗੱਲ ਤੁਸੀਂ ਪਹਿਲਾਂ ਆਮ ਆਦਮੀ ਪਾਰਟੀ ਨੇ ਸਰਕਾਰ ਵੀ ਬਣਾਈ ਸੀ ਉਹ ਕਹਿ ਰਹੇ ਕਿ ਰਲੇ ਮਿਲੇ ਹੋਣ ਦੇ ਇਲਜ਼ਾਮ ਤੁਹਾਡੇ ਪੰਜਾਬ ਵਿੱਚ ਕਿਸੇ ਹੋਰ ਨਾਲ ਲੱਗ ਰਹੇ ਹੈ ਮੈਂ ਸ਼ਰਮਜੀਤ ਜੀ ਗੱਲ ਇੱਕੋ ਗੱਲ ਕਰਨੀ ਲਾਸਟ ਮੇਰਾ ਇਹ 20 ਸੈਕਿੰਡ ਚ ਗੱਲ ਖਤਮ ਕਰ ਦੂੰਗਾ ਗੱਲ ਕਰਦੇ ਆ ਕਿ ਪੰਜਾਬ ਚ ਸਰਕਾਰ ਨਹੀਂ ਬਣੀ ਦਿੱਲੀ ਚ ਤੁਹਾਡੀ ਸਰਕਾਰ ਆ ਦਿੱਲੀ ਚ ਤੁਸੀਂ ਸਰਕਾਰ ਬਣਾਉਣ ਤੋਂ ਪਹਿਲਾਂ ਕਹਿੰਦੇ ਸ਼ੀਲਾ ਦੀਕਸ਼ਿਤ ਨੂੰ ਅੰਦਰ ਕਰਾਂਗੇ 3.5 ਸਾਲ ਹੋ ਗਏ ਕਿੱਥੇ ਕੀਤੀ ਆ 7 ਮਹੀਨਿਆਂ ਦਾ ਹਿਸਾਬ ਮੰਗੀ ਜਾਂਦੇ ਆ 3.5 ਸਾਲਾਂ ਤੁਹਾਡਾ ਸਬੂਤ ਨੀ ਕਿੰਨਾ ਬੂਟੇ ਵੀ ਨਾ ਪਾਉਗੀ ਤੁਸੀਂ ਵੀ ਕੁਝ ਕਿਹਾ ਸੀ ਤੁਸੀਂ ਵੀ ਅੰਦਰ ਦੇਓਗੇ ਹੁਣ ਤੁਸੀਂ ਵੀ 3.5 ਸਾਲਾਂ ਚ ਇਹਨਾਂ ਦਾ ਸਬੂਤ ਨੀ ਇਕੱਠੇ ਹੋਏ ਸਾਨੂੰ 7 ਮਹੀਨਿਆਂ ਚ ਸਬੂਤ ਇਕੱਠੇ ਤੁਸੀਂ ਵੀ ਕਹਿ ਰਹੇ ਹੋ ਸਬੂਤ ਹੈ ਨੀ ਸੈਂਟਰ ਦੀਆਂ ਏਜੰਸੀਆਂ ਦੇਖ ਲੈ ਧੰਨਵਾਦ ਸਾਰੇ ਮਹਿਮਾਨਾਂ ਦਾ ਕਮਲਜੀਤ ਬਰਾੜ ਸਾਹਿਬ ਖੁਸ਼ਵੰਤ ਰਾਏ ਗੀਗਾ ਸਾਹਿਬ ਚਰਨਜੀਤ ਬਰਾੜ ਸਾਹਿਬ ਤੇ ਬੂਟਾ ਸਿੰਘ ਬੈਰਾਗੀ ਸਾਹਿਬ ਸਭ ਦਾ ਧੰਨਵਾਦ ਅਸੀਂ ਸਵਾਲ ਪੁੱਛਿਆ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਾਰਵਾਈ ਦੀ ਮੰਗ ਨੂੰ ਬਦਲਾਖੋਰੀ ਨਾਲ ਜੋੜਨਾ ਜਾਇਜ਼ ਹੈ ਜਵਾਬ SMS ਰਾਹੀਂ ਜਿਹੜੇ ਤੁਹਾਡੇ ਆਏ ਉਹ ਇਸ ਤਰੀਕੇ ਨਾਲ ਨੇ 76% ਹਾਂ ਵਿੱਚ ਤੇ 24% ਨਾ ਵਿੱਚ ਜਵਾਬ ਦੇ ਰਹੇ ਨੇ